ਮੈਂ ਸੁਖਚੈਨ ਸਿੰਘ, ਸਿਵਲ ਡਿਫੈਂਸ ਪੰਜਾਬ ਏਰੀਆ ਮੇਰੇ ਅੰਡਰ ਹੈ, ਮੈਂ ਇੰਚਾਰਜ ਹਾਂ। ਸਾਨੂੰ ਜਦੋਂ ਵੀ ਫੋਰਮ ਪਤਾ ਲੱਗਿਆ ਵੀ ਅੱਗ ਲੱਗੀ ਹੈ, ਅਸੀਂ ਆ ਕੇ ਆਪਣੀ ਟੀਮ ਨੂੰ ਨਾਲ ਲੈ ਕੇ ਆਏ ਹਾਂ ਔਰ ਵੱਧ ਤੋਂ ਵੱਧ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਆ ਇਲਾਕਾ ਨਿਵਾਸੀਆਂ ਨੇ, ਅੱਗ ਬੁਝਾਉਣ ਦੀ। ਅਰਦਾਸ ਖੁਦ ਅੱਗੇ ਹੋ ਕੇ ਲਗਾ ਵੀ ਜਦੋਂ ਉੱਥੇ ਗਰਮ ਪਾਣੀ ਵੀ ਪਿਆ ਹੱਥ ਦੇ ਉੱਤੇ, ਅਤੇ ਅਸੀਂ ਇਹ ਜਿਹੜੀ ਵੀ ਗੱਡੀ ਜਿਹੜੀ ਤਾਰ ਅੱਗ ਲੱਗੀ ਹੈ ਇਹ ਸਰਗਣ ਉਸ ਨਾਲ ਲੱਗੀ ਹੈ, ਉੱਥੋਂ ਤਾਰ ਉੱਤੇ ਤਾਰ ਹੈਗੀ ਆ। ਬਾਬਾ ਜੀ ਅੱਗ ਲੱਗਣ ਦਾ ਮੇਨ ਕਾਰਨ ਕੀ? ਮੇਨ ਕਾਰਨ ਪਹਿਲੀ ਉੱਤੇ ਤਾਰ ਆ, ਸਰਗਣ ਹੋਈ ਤਾਰ, ਬਸ ਸ਼ਾਰਟ ਸਰਗਣ, ਹਾਂ ਉੱਤੇ ਤਾਰ ਹੈਗੀ ਹੈ। ਕਿੰਨੀ ਦੇਰ ਹੋਈ ਇਸ ਲੱਗੇ ਨੂੰ? ਅੱਧਾ ਪੌਣਾ ਘੰਟਾ ਹੋ ਗਿਆ ਜੀ। ਗੱਡੀਆਂ ਨੇ ਬਹੁਤ ਲੇਟ ਕੀਤਾ, ਉਹ ਟਾਈਮ ਸਿਰ ਪਹੁੰਚਿਆ ਨਹੀਂ, ਬੜੇ ਪਹੁੰਚ ਗਏ, ਪੌਣਾ ਘੰਟਾ ਗੱਡੀ ਕੋਈ ਨਹੀਂ ਆਈ। ਸਾਡੇ ਮੁਲਾਜ਼ਮ ਥਾਣੇ ਤੋਂ ਇੱਥੇ ਪਹੁੰਚ ਗਏ ਸੀ, ਉਹ ਵੀ ਆ ਕੇ ਪਬਲਿਕ ਨੂੰ ਪਿੱਛੇ ਕੀਤਾ। ਮਾਲ ਦਾ ਨੁਕਸਾਨ ਤਾਂ ਉਹੀ ਦੱਸ ਸਕਦੀ ਹੈ ਮਾਲਟੀ ਜਿਹੜਾ ਮਾਲ ਲੈ ਕੇ ਆਈ ਹੈ। ਦਲਵੀਰ ਸਿੰਘ ਜੀ, ਮੈਂ ਅੰਦਰ ਬਿਠਾਏ ਗਾ, ਮੈਨੂੰ ਕਿਸੇ ਬੰਦੇ ਨੇ ਛਾਣ ਕੇ ਵੀ ਅੱਗ ਲੱਗ ਗਈ ਹੈ, ਮੈਂ ਫਟਾਫਟ ਬਾਹਰ ਭੱਜਿਆ ਵਾਂ, ਬਾਹਰ ਅੱਗ ਲੱਗੀ ਹੋਈ ਹੈ। ਕੀ ਨਾਮ ਜੀ? ਦਲਵੀਰ ਸਿੰਘ ਜੀ। ਇਹ ਕਿੱਥੋਂ ਦੇ ਰਹਿਣ ਵਾਲੇ? ਗੁਰਦਾਸਪੁਰ ਜ਼ਿਲ੍ਹਾ। ਇਹ ਗੱਡੀ ਦੇ ਮਾਲਕ ਤੁਸੀਂ ਹੋ ਭੇਜਾਂ ਡਰਾਈਵਰੀ ਕਰ? ਨਹੀਂ ਮਾਲਕ ਅਸੀਂ ਆ, ਇਹਨੇ ਮਾਲਕ ਨਹੀਂ, ਮਾਲ ਡੇਢ ਕਰੋੜ ਦੇ ਆ। ਗੱਡੀ 'ਚ ਕਿਹੜਾ ਮਾਲ ਸੀ? ਮਾਲ ਤਾਂ ਕੱਪੜਾ ਸੀਗਾ। ਕੱਪੜਾ ਕਿਹਦੇ ਕਿਹਦੇ ਲੈ ਕੇ ਚੱਲੇ ਜੀ? ਹਾਂਜੀ ਕੱਪੜਾ ਲੈ ਕੇ ਦਿੱਲੀ ਚੱਲਿਆ ਜੀ। ਇਹਦਾ ਬਿੱਲ ਬੁੱਲ ਲੱਗਿਆ ਤੁਹਾਡੇ ਕੋਲ ਪੱਕਾ? ਮਤਲਬ ਕਿਹਦਾ ਮਾਲ? ਹਾਂ ਬਿੱਲ ਪੱਕੇ ਆ। ਕਿਹਦੇ ਕਿਹਦਾ ਮਾਲ ਕਿਹਦਾ ਹੈਗਾ? ਮਾਲ ਡੇਢ ਕਰੋੜ ਇਹਦਾ ਸਾਹਮਣੇ ਜਿਹੜਾ ਇਹ ਉਹ ਬੁੱਕ ਕਰਦੇ ਆ ਇਹਨਾਂ ਦਾ ਹੈਗਾ। ਹਾਂਜੀ ਅਸੀਂ ਥਾਣੇ ਹਾਜ਼ਰ ਸੀਗਾ ਇਲਾਕੇ ਦੇ ਵਿੱਚ, ਅਤੇ ਸਾਨੂੰ ਪਲਾਹ ਮਿਲੀ ਕਿ ਗਊਸ਼ਾਲਾ ਦੇ ਸਾਹਮਣੇ ਨਿਟਕੋ ਕੰਪਨੀ ਦਾ ਇੱਕ ਟਰੱਕ ਆ ਜਿਹਦੇ ਵਿੱਚ ਕੱਪੜੇ ਉਹਨਾਂ ਦੇ ਲੋਡ ਕੀਤੇ ਹੋਏ ਸੀਗੇ, ਅਤੇ ਅਚਾਨਕ ਕਿਸੇ ਕਾਰਨ ਕਰਕੇ ਉਹਨੂੰ ਅੱਗ ਲੱਗ ਗਈ ਹੈ, ਜਿਹਦੇ ਸੰਬੰਧ 'ਚ ਅਸੀਂ ਤੁਰੰਤ ਫਾਇਰ ਬ੍ਰਿਗੇਡ ਨੂੰ ਜਿਹੜਾ ਵਾ ਉਹ ਸੂਚਿਤ ਕੀਤਾ। ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਚੁੱਕੀਆਂ ਔਰ ਦੋਵੇਂ ਜਿਹੜੇ ਹੈਗੇ ਆ ਦੋ ਗੱਡੀਆਂ ਪਹੁੰਚ ਚੁੱਕੀਆਂ ਨੇ ਔਰ ਅਸੀਂ ਜਿਹੜੇ ਅੱਗ 'ਤੇ ਕਾਬੂ ਜਿਹੜਾ ਲਗਭਗ ਪਾ ਲਿਆ ਔਰ ਬਹੁਤ ਜਲਦੀ ਇਹਨੂੰ ਮੁਕੰਮਲ ਕਰ ਦੇਵਾਂ। ਸਰ ਕੀ ਕਾਰਨ ਸੀ ਮੇਨ ਅੱਗ ਲੱਗਣ ਦਾ? ਸਰ ਇਹ ਪਤਾ ਲੱਗਾ ਅੱਜ ਤੱਕ? ਸਾਡੀ ਪਹਿਲੀ ਡਿਊਟੀ ਆ ਅੱਗ ਬੁਝਾਉਣਾ ਜੀ, ਉਸ ਤੋਂ ਬਾਅਦ ਅਸੀਂ ਇਹ ਵੈਰੀਫਾਈ ਕਰਾਂਗੇ। ਫਿਲਹਾਲ ਸਾਨੂੰ ਨਹੀਂ ਪਤਾ ਲੱਗਾ ਅਜੇ ਕਿ ਕਿਵੇਂ ਅੱਗ ਲੱਗੀ ਆ, ਪਰ ਅਸੀਂ ਅੱਗ ਬੁਝਾ ਕੇ ਫਿਰ ਇਹਦਾ ਸਰਕਾਰ ਨੂੰ ਨਹੀਂ ਅਜੇ ਮਹਾਰਾਜ ਜੀ ਮੇਰਾ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਤਾਂ ਕੱਪੜੇ ਵਗੈਰਾ ਨੂੰ ਅੱਗ ਲੱਗੀ ਹੈ, ਬਾਕੀ ਅਸੀਂ ਕਲੀਅਰ ਕਰਦੇ ਹਾਂ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ। ਹਾਂਜੀ ਸਰ, ਕੀ ਨਾਮ ਜੀ? ਮੇਰਾ ਨਾਮ ਹਰਸ਼ ਹੈ ਜੀ, ਅਸੀਂ ਸੇਵਾ ਸਾਡੀ ਫਾਇਰ ਬ੍ਰਿਗੇਡ ਅਵਸਥੀ ਰਾਮ ਤੋਂ ਆਏ ਹਾਂ। ਸਾਨੂੰ ਕੁਛ ਦੇਰ ਪਹਿਲਾਂ ਤਲਾਹ ਮਿਲੀ ਸੀ ਕਿ ਹਾਲਗੇਟ ਸਬਜ਼ੀ ਮੰਡੀ ਦੇ ਵਿੱਚ ਅੱਗ ਲੱਗੀ ਆ। ਅਸੀਂ ਜਦੋਂ ਰਸਤੇ ਵਿੱਚ ਉੱਥੇ ਜਾ ਰਹੇ ਸੀ ਅਤੇ ਉੱਥੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਲਰੇਡੀ ਪਹੁੰਚ ਚੁੱਕੀਆਂ ਸੀ, ਜਿਹੜੀ ਕਿ ਸਬਜ਼ੀ ਮੰਡੀ ਅੱਗ ਬੁਝਾ ਰਹੀਆਂ ਸੀ। ਰਸਤੇ 'ਚ ਸਾਨੂੰ SHO ਬੀ ਡਿਵੀਜ਼ਨ ਗੁਰਵਿੰਦਰ ਸਿੰਘ ਦਾ ਫੋਨ ਆਇਆ ਕਿ ਘਿਓ ਮੰਡੀ ਟਰੱਕ ਨੂੰ ਅੱਗ ਲੱਗੀ ਹੋਈ ਆ। ਅਸੀਂ ਹਾਲਗੇਟ ਤੋਂ ਗੱਡੀ ਦੁਬਾਰਾ ਮੋੜ ਕੇ ਘਿਓ ਮੰਡੀ ਲਿਆਂਦੀ, ਇੱਥੇ ਆ ਕੇ ਜਦੋਂ ਮੌਕੇ 'ਤੇ ਪਹੁੰਚੇ ਹਾਂ ਅਤੇ ਵੇਖਿਆ ਟਰੱਕ ਵਿੱਚ ਅੱਗ ਬਹੁਤ ਜ਼ਿਆਦਾ ਸੀ, ਜਿਹਦੇ ਵਿੱਚ ਕਾਫੀ ਸਮਾਨ ਅਤੇ ਕੱਪੜਾ ਅੰਦਰ ਭਰਿਆ ਪਿਆ। ਸਾਡੀ ਇੱਕ ਗੱਡੀ ਮੌਕੇ 'ਤੇ ਸੇਵਾ ਸਾਡੀ ਫਾਇਰ ਬ੍ਰਿਗੇਡ ਦੀ ਆਈ ਆ, ਇੱਕ ਗੱਡੀ ਕਾਰਪੋਰੇਸ਼ਨ ਦੀ ਮੌਕੇ 'ਤੇ ਪਹੁੰਚ ਚੁੱਕੀ ਆ, ਅਤੇ ਆਪਾਂ 10-15 ਮਿੰਟ ਤੱਕ ਅੱਗ 'ਤੇ ਪੂਰਾ ਕੰਟਰੋਲ ਕਰ ਲਿੱਤਾ ਗਿਆ। ਕੋਈ ਜਾਨੀ ਨੁਕਸਾਨ ਦੀ ਹਜੇ ਤੱਕ ਸਾਨੂੰ ਕੋਈ ਖਬਰ ਨਹੀਂ ਹੈ। ਅਸੀਂ ਡਰਾਈਵਰ ਨੂੰ ਪੁੱਛਾਂਗੇ ਵੀ ਅੱਗ ਕਿਸ ਤਰ੍ਹਾਂ ਲੱਗੀ ਹੈ ਅਤੇ ਕਿਸ ਤਰ੍ਹਾਂ ਹੋਇਆ, ਉਹਦੇ ਬਾਰੇ ਉਹਨੂੰ ਸਾਰੀ ਜਾਣਕਾਰੀ ਉਹਦੇ ਕੋਲ ਲਵਾਂਗੇ। ਮਾਲਕ ਆਪ ਹੈ? ਹਜੇ ਤੱਕ ਸਾਨੂੰ ਕੋਈ ਜਾਣਕਾਰੀ ਨਹੀਂ, ਅਸੀਂ ਆਉਂਦੇ ਅੱਗ ਬੁਝਾਉਣੀ ਚਾਲੂ ਕਰਤੀ ਹੈ ਜੀ।